ਤੇਰੀ ਰਿਪੋਰਟ ਤੇਰੀ ਨਹੀਂ ਰਿਪੋਰਟ ਆਈ ਬਟ ਤੁਹਾਨੂੰ 14 ਦਿਨ ਦੇ ਲਈ ਨਾ ਆਬਜ਼ਰਵੇਸ਼ਨ 'ਚ ਰੱਖਣਾ ਹੁੰਦਾ। ਰਾਤ ਵੇਲੇ ਸੜਕ ਤੇ ਖੜੀ ਪੁਲਿਸ ਪਾਰਟੀ ਦੀਆਂ ਇਹ ਤਸਵੀਰਾਂ ਪੰਜਾਬ ਦੇ ਸ਼ਹਿਰ ਫਰੀਦਕੋਟ ਦੀਆਂ ਨੇ। ਤਸਵੀਰਾਂ 'ਚ ਪੁਲਿਸ SHO PCR ਮੁਲਾਜ਼ਮਾਂ ਨੂੰ ਆਪਣੇ ਫੋਨ ਤੇ ਜਿਸ ਨੌਜਵਾਨ ਦੀ ਤਸਵੀਰ ਦਿਖਾ ਰਹੇ ਨੇ ਉਸ ਨੂੰ ਦੇਖ ਕੇ ਤੁਸੀਂ ਸਮਝ ਰਹੇ ਹੋਵੋਗੇ ਕਿ ਤਸਵੀਰਾਂ ਵਾਲਾ ਨੌਜਵਾਨ ਕੋਈ ਗੈਂਗਸਟਰ ਹੈ ਜਾਂ ਕਿਸੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਇਆ ਹੋਣਾ। ਜਿਸ ਨੂੰ ਲੱਭਣ ਲਈ ਫੋਟੋ ਦਿਖਾ ਕੇ ਉਹ ਵੱਖ ਵੱਖ ਪੁਲਿਸ ਪਾਰਟੀਆਂ ਨੂੰ ਛਾਪੇਮਾਰੀ ਕਰਨ ਲਈ ਦਿਸ਼ਾ ਨਿਰਦੇਸ਼ ਦੇ ਰਹੇ ਨੇ। ਅਗਲੇ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਪਾਰਟੀ ਛਾਪੇਮਾਰੀ ਕਰਨ ਲਈ ਉਸ ਨੌਜਵਾਨ ਦੇ ਘਰ ਪਹੁੰਚੀ ਹੈ ਤੇ ਘਰ ਦੇ ਵੱਖ ਵੱਖ ਕਮਰਿਆਂ 'ਚ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਪਹਿਲਾਂ ਤੁਸੀਂ ਵੀ ਇੱਕ ਵਾਰ ਇਹ ਪੁਲਿਸ ਛਾਪੇਮਾਰੀ ਦੀਆਂ ਲਾਈਵ ਤਸਵੀਰਾਂ ਦੇਖੋ, ਫਿਰ ਅੱਗੇ ਦੱਸਦਿਆਂ ਕਿ ਆਖਿਰ ਇਸ ਨੌਜਵਾਨ ਦਾ ਕੀ ਕਸੂਰ ਹੈ ਤੇ ਪੁਲਿਸ ਇਸ ਦੀ ਭਾਲ ਕਿਉਂ ਕਰ ਰਹੀ ਹੈ। ਜਾਣਕਾਰੀ ਮੁਤਾਬਕ ਦੱਸ ਦਈਏ ਕਿ ਜਿਸ ਨੌਜਵਾਨ ਦੀ ਤਸਵੀਰ ਤੁਸੀਂ ਸਥਾਨਕ ਪੁਲਿਸ SHO ਦੇ ਫੋਨ ਦੀ ਸਕਰੀਨ ਤੇ ਦੇਖੀ ਸੀ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਹੈ ਤੇ ਮੰਗਲਵਾਰ ਦੀ ਸ਼ਾਮ ਤੋਂ ਉਸ ਹਸਪਤਾਲ 'ਚੋਂ ਫਰਾਰ ਹੋ ਗਿਆ ਜਿੱਥੇ ਉਸ ਨੂੰ ਕੋਰੋਨਾ ਦੀ ਜਾਂਚ ਲਈ ਭਰਤੀ ਕਰਵਾਇਆ ਗਿਆ ਸੀ। ਜਦ ਪੁਲਿਸ SHO ਨੇ ਨੌਜਵਾਨ ਦੇ ਘਰ ਛਾਪੇਮਾਰੀ ਕੀਤੀ ਤਾਂ ਪਰਿਵਾਰਕ ਮੈਂਬਰਾਂ ਨੇ ਫੋਨ ਤੇ ਪੁਲਿਸ ਅਧਿਕਾਰੀ ਨਾਲ ਨੌਜਵਾਨ ਦੀ ਗੱਲ ਕਰਵਾਈ। ਅੱਜ ਜ਼ਰਾ ਤੁਸੀਂ ਆਪ ਹੀ ਸੁਣ ਲਓ ਨੌਜਵਾਨ ਨੇ SHO ਨੂੰ ਕੀ ਜਵਾਬ ਦਿੱਤਾ। ਤੇਰੀ ਰਿਪੋਰਟ ਤੇਰੀ ਨਹੀਂ ਰਿਪੋਰਟ ਆਈ ਬਟ ਤੁਹਾਨੂੰ 14 ਦਿਨ ਦੇ ਲਈ ਨਾ ਆਬਜ਼ਰਵੇਸ਼ਨ 'ਚ ਰੱਖਣਾ ਹੁੰਦਾ ਹੈ। ਉਹ ਲੋਕਾਂ ਦੀ ਪੰਜਾਬ ਦੀ ਸਾਡੇ ਦੇਸ਼ ਦੀ ਸੁਖਰ ਦਿਓ। ਤੂੰ ਯਾਰ ਗੱਲ ਸੁਣ ਮੇਰੀ ਬ੍ਰਦਰ, ਮੇਰੀ ਮੇਰੀ ਸੁਣ ਗੱਲ ਥੋੜਾ ਬ੍ਰਦਰ ਬ੍ਰਦਰ ਮੇਰੀ ਸੁਣ ਲੈ। ਉਹ ਯਾਰ ਗੱਲ ਮੇਰੀ ਸੁਣ ਤਾਂ ਰਿਹਾ। ਅਸੀਂ ਹੁਣ ਅਜੇ ਕੁਮਾਰ ਦੇ ਘਰ ਆਏ ਸੀਗੇ ਤੇ ਸਾਨੂੰ ਪਤਾ ਲੱਗਿਆ ਸੀ ਵੀ ਉਹ ਘਬਰਾਇਆ ਹੋਇਆ ਹੈਗਾ। ਘਬਰਾਹਟ ਉਹਦੇ ਮਨ 'ਚ ਹੈ। ਚਲੋ ਉਹਨੂੰ ਸਮਝਾਇਆ ਗਿਆ, ਉਹਦੇ ਘਰਦਿਆਂ ਨੂੰ ਸਮਝਾਇਆ ਗਿਆ ਹੈਗਾ ਵੀ ਉਹ ਹਾਲੇ ਉਹਦੇ 'ਤੇ ਸ਼ੱਕ ਹੈ, ਕਨਫਰਮ ਨਹੀਂ ਹੈ ਵੀ ਆਪਣੇ ਇਲਾਜ ਲਈ ਉਹ ਮੈਡੀਕਲ ਕਾਲਜ 'ਚ ਦੁਬਾਰਾ ਆਵੇ ਅਤੇ ਆਪਣੀ ਜੋ ਡਾਕਟਰੀ ਸਹੂਲਤ ਹੈ ਉਹਨੂੰ ਲਵੇ ਅਤੇ ਜੋ ਪੰਜਾਬ ਸਰਕਾਰ ਦੀਆਂ ਸਾਡੇ ਅਫਸਰਾਂ ਦੀਆਂ ਹਦਾਇਤਾਂ ਨੇ ਉਹਨਾਂ ਦਾ ਪਾਲਣਾ ਕਰਨਾ ਜ਼ਰੂਰੀ ਹੈ। ਇਸ ਗੱਲ ਬਾਰੇ ਹਾਲੇ ਕਲੀਅਰ ਤਾਂ ਨਹੀਂ ਹੈ ਬਟ ਇਹ ਸਸਪੈਕਟਡ ਹੈ, ਕਨਫਰਮ ਨਹੀਂ ਹੈ ਹਾਲੇ। ਨਹੀਂ, ਵਿਦੇਸ਼ ਤੋਂ ਪਰਤਣ ਬਾਰੇ ਅਜੇ ਕੋਈ ਰਿਕਾਰਡ ਨਹੀਂ ਆਇਆ ਸਾਡੇ ਕੋਲ ਬਟ ਜੋ ਜਦੋਂ ਇਹ ਮਿਲੇਗਾ ਸਾਨੂੰ ਜਾਂ ਡਾਕਟਰ ਸਾਹਿਬ ਨੂੰ ਮਿਲੇਗਾ ਉਹਨਾਂ ਨੂੰ ਰਿਕਾਰਡ ਕਲੀਅਰ ਹੋ ਸਕਦਾ ਹੈਗਾ ਇਸ ਬਾਰੇ। ਸਿਹਤ ਵਿਭਾਗ ਦੇ ਹੁਕਮਾਂ ਮੁਤਾਬਕ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੂੰ ਜਾਂਚ ਲਈ ਭੇਜੀਆਂ ਰਿਪੋਰਟਾਂ ਆਉਣ ਤੱਕ ਹਸਪਤਾਲ ਦੇ ਸਪੈਸ਼ਲ ਵਾਰਡ 'ਚ ਡਾਕਟਰਾਂ ਦੀ ਨਿਗਰਾਨੀ ਵਿੱਚ ਰਹਿਣਾ ਲਾਜ਼ਮੀ ਹੁੰਦਾ ਹੈ। ਪਰ ਕਈ ਅਜਿਹੇ ਮਰੀਜ਼ ਵੀ ਨੇ ਜੋ ਆਪਣੀ ਅਤੇ ਆਪਣੇ ਨਾਲ ਰਹਿਣ ਵਾਲੇ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਹਸਪਤਾਲ 'ਚ ਰਹਿਣ ਤੇ ਗੁਰੇਜ਼ ਕਰਦੇ ਨੇ ਤੇ ਫਰਾਰ ਹੋ ਜਾਂਦੇ ਨੇ। ਅਜਿਹੇ 'ਚ ਸਾਨੂੰ ਚਾਹੀਦਾ ਕਿ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਸਮਝਾ ਕੇ ਉਹਨਾਂ ਨੂੰ ਹਸਪਤਾਲ 'ਚ ਭਰਤੀ ਹੋਣ ਦੀ ਸਲਾਹ ਦੇਣੀ ਚਾਹੀਦੀ ਹੈ, ਆਪਣੇ ਪਰਿਵਾਰ 'ਚ ਰਾਜ਼ੀ ਖੁਸ਼ੀ ਵਾਪਸ ਜਾ ਸਕਣ। ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਨਾ ਦੀ ਰਿਪੋਰਟ। ਸੱਤ ਇਲਮਾਂ ਦੇ ਬੇਤਾਜ ਬਾਦਸ਼ਾਹ ਵਸ਼ੀਕਰਨ ਸਪੈਸ਼ਲਿਸਟ ਬਾਬਾ ਸਲੀਮ ਖਾਨ, ਹਰ ਸਮੱਸਿਆ ਦਾ ਫ੍ਰੀ 'ਚ ਕਰਾਓ ਸਮਾਧਾਨ ਕਾਲੇ ਇਲਮ ਦੁਆਰਾ। ਲਵ ਮੈਰਿਜ, ਪਤੀ ਪਤਨੀ 'ਚ ਅਣਬਣ, ਨੌ ਦਾ ਵਸ਼ੀਕਰਨ, ਵਿਦੇਸ਼ ਯਾਤਰਾ 'ਚ ਰੁਕਾਵਟ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਜਾਦੂ ਟੂਣੇ ਦਾ 100% ਗਰੰਟੀ ਨਾਲ ਕਰਾਓ ਖਾਤਮਾ, ਲਾਟਰੀ ਨੰਬਰ ਸਪੈਸ਼ਲਿਸਟ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, 85295 47283।